ਮੇਰਾ ਅੱਜ ਦਾ ਜੋ ਬੋਲਣ ਵਿਸ਼ਾ ਹੈ ਉਹ ਹੈ ਦਮਦਮੀ ਟਕਸਾਲ ਸਿੱਖਿਅਕ ਗੁਰਮੁਖਾਂ ਦਾ ਸਿੱਖ ਪੰਥ ਨੂੰ ਯੋਗਦਾਨ। ਦਮਦਮੀ ਟਕਸਾਲ ਦਾ ਸੰਕਲਪ ਹੈ ਜਿਹੜਾ, ਇਹ ਸਿੱਖ ਮਤ ਦਾ ਬੜਾ ਵਿਲੱਖਣ ਸੰਕਲਪ ਹੈ। ਇਸ ਪ੍ਰਕਾਰ ਦਾ ਸੰਕਲਪ ਸਾਨੂੰ ਹੋਰ ਕਿਸੇ ਵੀ ਧਾਰਮਿਕ ਮਤ ਵਿੱਚੋਂ ਨਹੀਂ ਮਿਲਦਾ। ਟਕਸਾਲ ਜਿਵੇਂ ਸਰ ਦੱਸ ਗਏ ਨੇ ਕੋਈ ਸੈਕਟ ਜਾਂ ਕੋਈ ਸੰਪਰਦਾਇ ਨਹੀਂ ਹੈ, ਸਗੋਂ ਗੁਰਮੁਖਾਂ ਦਾ ਪੰਥ ਹੈ। ਦਮਦਮੀ ਟਕਸਾਲ ਦਾ ਪ੍ਰਯੋਜਨ ਕਿਸੇ ਵਿਦਿਆਲੇ ਵਾਂਗ ਵਿਦਿਆਰਥੀ ਨੂੰ ਕੇਵਲ ਵਿੱਦਿਆ ਦੇਣਾ ਨਹੀਂ, ਬਲਕਿ ਵਿਦਿਆਰਥੀ ਨੂੰ ਧਰਮ ਸਾਧਨਾ ਰਾਹੀਂ ਖਾਲਸ ਰੂਪ ਵਿੱਚ ਪਰਿਵਰਤਿਤ ਕਰਨਾ ਹੈ। ਇਸ ਕਰਕੇ ਟਕਸਾਲ ਕੇਵਲ ਇੱਕ ਕੰਮ ਨਹੀਂ ਕਰਦੀ। ਟਕਸਾਲ ਵਿੱਚ ਆਉਣ ਵਾਲੇ ਵਿਦਿਆਰਥੀ ਨੂੰ ਸਭ ਤੋਂ ਪਹਿਲਾਂ ਸੰਸਾਰਕ ਜੰਜਾਲਾਂ ਨੂੰ ਪੂਰੀ ਤਰ੍ਹਾਂ ਛੱਡ ਕੇ ਪੂਰੀ ਸਮਰਪਣ ਦੀ ਭਾਵਨਾ ਨਾਲ ਸ਼ਾਮਿਲ ਹੋਣਾ ਪੈਂਦਾ ਹੈ ਤੇ ਸਿੱਖਿਆਰਥੀ ਨੂੰ ਵਿਧੀਬੱਧ ਰੂਪ ਵਿੱਚ ਗ੍ਰੰਥਾਂ ਦਾ ਅਧਿਐਨ ਕਰਾਉਣ ਤੋਂ ਪਹਿਲਾਂ ਉਸ ਨੂੰ ਗੁਰਬਾਣੀ ਪਾਠ, ਨਿਤਨੇਮ, ਸੇਵਾ ਆਦਿ ਕਰਨੀ ਸਿਖਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਉਹਨੂੰ ਵਿਧੀਬੱਧ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਸਿੱਖ ਮਤ ਦੇ ਸਾਰੇ ਗ੍ਰੰਥਾਂ ਦਾ ਅਧਿਐਨ, ਨਿਆਏ ਵੇਦਾਂਤ ਦੇ ਗ੍ਰੰਥਾਂ ਦਾ ਅਧਿਐਨ ਆਦਿ ਕਰਵਾਇਆ ਜਾਂਦਾ ਹੈ। ਸਿੱਖ ਪੰਥ ਦਾ ਕੋਈ ਵੀ ਕਾਰਜ ਹੋਵੇ ਤਾਂ ਦਮਦਮੀ ਟਕਸਾਲ ਉਹਦੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਹੈ। ਇੱਥੋਂ ਤੱਕ ਜੇ ਲੋੜ ਪਵੇ ਤਾਂ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਾਂਗ ਜਿਹੜੀ ਹੈ ਆਪਣਾ ਜਿਹੜਾ ਹੈ ਸ਼ਹਾਦ ਦੇਣ ਤੋਂ ਵੀ ਕਦੇ ਪਿੱਛੇ ਨਹੀਂ ਹਟਦੇ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦਮਦਮੀ ਟਕਸਾਲ ਨੇ ਸਿੱਖ ਅਧਿਐਨ ਦੀ ਪਰੰਪਰਾ ਨੂੰ ਸਥਾਪਿਤ ਕੀਤਾ ਹੈ ਅਤੇ ਸਿੱਖਿਆਰਥੀਆਂ ਅੰਦਰੋਂ ਅਭਿਮਾਨ, ਹੰਕਾਰ ਕੱਢ ਕੇ ਉਹਨਾਂ ਨੂੰ ਸਾਫ ਸੁਥਰਾ ਆਚਰਣ ਜਿਹੜਾ ਹੈ ਦਿੱਤਾ ਹੈ। ਇਸ ਗੱਲ ਦਾ ਜਿਹੜਾ ਪ੍ਰਤੱਖ ਪ੍ਰਮਾਣ ਸਾਨੂੰ ਉਹਨਾਂ ਗੁਰਮੁਖਾਂ ਦੇ ਜੀਵਨ ਵਿੱਚੋਂ ਮਿਲਦਾ ਹੈ ਜਿਨ੍ਹਾਂ ਦੀ ਘਾੜਤ ਟਕਸਾਲ ਦੇ ਵਿੱਚ ਘੜੀ ਗਈ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਜਿਹੜੇ ਹੈ ਉਹ ਸ਼ਹੀਦ ਹੋ ਚੁੱਕੇ ਹੈ, ਪਰੰਤੂ ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਵੀ ਨੇ ਜਿਹੜੇ ਅੱਜ ਸਾਡੇ ਵਿਚਕਾਰ ਜਿਹੜੇ ਹੈ ਵਿਚਰਦੇ ਹੋਏ ਪੰਥ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਅਤੇ ਮੈਂ ਐਸੇ ਕੁਝ ਗੁਰਸਿੱਖਾਂ ਦਾ ਜਿਹੜਾ ਜੀਵਨ ਹੈ ਔਰ ਉਹਨਾਂ ਦੀ ਪੰਥ ਨੂੰ ਜਿਹੜੀ ਦੇਣ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਇਹ ਗੁਰਮੁਖ ਗਿਆਨ ਦਾ ਭੰਡਾਰ ਹਨ ਅਤੇ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਿਹੜੀ ਦਿੱਤੀ ਮਰਿਆਦਾ ਹੈ ਇਹਨਾਂ ਗੁਰਮੁਖਾਂ ਨੇ ਉਹਦਾ ਹੂ ਬਹੂ ਪ੍ਰਚਾਰ ਕੀਤਾ ਹੈ ਅਤੇ ਬਾਣੀ ਪੜ੍ਹਨ ਦਾ ਢੰਗ ਵੀ ਉਹ ਰੱਖਿਆ, ਉਹਦੇ ਵਿੱਚ ਆਪਣੇ ਕੋਲੋਂ ਕੋਈ ਬਦਲਾਅ, ਕੋਈ ਚੇਂਜਸ ਜਿਹੜੀ ਹੈ ਇਹ ਨਹੀਂ ਕੀਤੀ। ਸ਼੍ਰੀ ਗੁਰੂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਜਿਹੜੀ ਪ੍ਰਮਾਣਿਕਤਾ ਹੈ ਉਸ ਦੇ ਬਾਰੇ ਬਿਲਕੁਲ ਸ਼ੱਕ ਨਹੀਂ ਰੱਖਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਇੱਕ ਹੁਕਮ 'ਤੇ ਇਹਨਾਂ ਨੇ ਹੂ ਬਹੂ ਪਹਿਰਾ ਜਿਹੜਾ ਹੈ ਦਿੱਤਾ ਹੈ। ਹੁਣ ਤੀਕ ਮੈਂ ਪਿਛਲੇ 15 ਕੁ ਦਿਨਾਂ ਦੇ ਵਿੱਚ ਜਿਹੜਾ ਇਹ ਆਪਣਾ ਜਿਹੜਾ ਵਿਸ਼ਾ 15 ਕੁ ਦਿਨ ਪਹਿਲਾਂ ਮੈਨੂੰ ਮਿਲਿਆ ਸੀ ਔਰ ਇਹਦੇ ਵਿਸ਼ੇ ਨੂੰ ਲੈ ਕੇ ਮੈਂ ਬਹੁਤ ਸਾਰੇ ਜਿਹੜੇ ਹੈ ਗੁਰਸਿੱਖਾਂ ਨਾਲ ਜਿਹੜਾ ਡਾਇਰੈਕਟ ਰਾਬਤਾ ਕਾਇਮ ਕੀਤਾ, ਕੁਝ ਕੋਲ ਮੈਂ ਆਪ ਪਹੁੰਚ ਕੀਤੀ, ਬਹੁਤ ਸਾਰੇ ਗੁਰਮੁਖ ਪਿਆਰਿਆਂ ਨਾਲ ਮੈਂ ਫੋਨ ਤੇ ਗੱਲ ਕੀਤੀ ਤੇ ਉਹਨਾਂ ਕੋਲੋਂ ਜਿਹੜੀ ਹੈ ਜਾਣਕਾਰੀ ਲਈ ਹੈ ਵੀ ਉਹਨਾਂ ਦਾ ਕਿਸ ਪ੍ਰਕਾਰ ਜਿਹੜਾ ਸਿੱਖ ਕੌਮ ਨੂੰ ਜਿਹੜਾ ਯੋਗਦਾਨ ਰਿਹਾ। ਇਹਦੇ ਵਿੱਚੋਂ ਕੁਝ 94 ਜਿਹੜੇ ਹੈ ਮੈਂ ਤੁਹਾਡੇ ਸਾਹਮਣੇ ਜਿਹੜੇ ਹੈ ਉਹਨਾਂ ਦੇ ਬਾਰੇ ਜ਼ਿਕਰ ਕਰਾਂਗਾ। ਉਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਨੇ। ਵੇਦਾਂਤੀ ਸਾਹਿਬ ਸਨ 1956 ਦੇ ਵਿੱਚ ਦਮਦਮੀ ਟਕਸਾਲ ਦੇ ਜੱਥੇ ਵਿੱਚ ਜਿਹੜੇ ਸ਼ਾਮਿਲ ਹੋਏ। ਸੰਤ ਗਿਆਨੀ ਗੁਰਬਚਨ ਸਿੰਘ ਜੀ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਸਨ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਲਗਾਤਾਰ ਟਕਸਾਲ ਵਿੱਚ 65 ਤੱਕ ਜਿਹੜੀ ਹੈ ਤਾਲੀਮ ਹਾਸਲ ਕੀਤੀ। ਉਸ ਤੋਂ ਬਾਅਦ 18-19 ਸਾਲ ਲਗਾਤਾਰ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਹੈ ਉਹ ਸਿੱਖਿਆ ਬਤੌਰ ਗ੍ਰੰਥੀ ਸੇਵਾ ਨਿਭਾਉਣ ਤੋਂ ਬਾਅਦ ਆਪ ਜੀ ਨੇ ਸੰਨ 1978 ਦੇ ਵਿੱਚ ਸਿੰਘ ਸਾਹਿਬ ਜਿਹੜੀ ਹੈ ਬਤੌਰ ਸਿੰਘ ਸਾਹਿਬ ਇਹਨਾਂ ਦੀ ਨਿਯੁਕਤੀ ਹੋਈ।
2000 ਵਿੱਚ ਆਪ ਜੀ ਦੀ ਨਿਯੁਕਤੀ ਜਿਹੜੀ ਹੈ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਈ। ਇਸ ਤੋਂ ਬਾਅਦ ਲਗਾਤਾਰ 8 ਸਾਲ ਤੀਕ ਆਪ ਜੀ ਨੇ ਇਹ ਜਿਹੜੀ ਸੇਵਾ ਨਿਭਾਈ ਹੈ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਸਿੱਖ ਕੌਮ ਲਈ ਵੈਟੀਕਨ ਸਿਟੀ ਦੇ ਵਿੱਚ ਜਿਹੜਾ ਸਰਬ ਧਰਮ ਸੰਮੇਲਨ ਹੋਇਆ ਸੀ ਉਸ ਵਿੱਚ ਸ਼ਮੂਲੀਅਤ ਕੀਤੀ ਹੈ। 6 ਜੂਨ ਨੂੰ ਜਿਹੜੀ ਘੱਲੂਘਾਰਾ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਦੀ ਜਿਹੜੀ ਸ਼ੁਰੂਆਤ ਹੈ ਇਹ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਹਿਬ ਜੀ ਦੀ ਦੇਣ ਹੈ। ਵੇਦਾਂਤੀ ਸਾਹਿਬ ਜੀ ਨੇ ਜਾਣਕਾਰੀ ਦੌਰਾਨ ਦੱਸਿਆ ਹੈ ਵੀ ਜਦੋਂ ਘੱਲੂਘਾਰਾ ਹੋਇਆ 6 ਜੂਨ ਨੂੰ ਉਸ ਸਮੇਂ ਆਪ ਜੀ ਆਪਣੇ ਪਰਿਵਾਰ ਸਮੇਤ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਸਨ, ਪਰ ਅਕਾਲ ਪੁਰਖ ਦੀ ਮਿਹਰ ਸਦਕਾ ਜਿਹੜਾ ਇਹਨਾਂ ਦਾ ਬਚਾਅ ਹੋ ਗਿਆ ਅਤੇ ਇਹਨਾਂ ਨੇ ਬੜਾ ਜਿਹੜਾ ਤਸ਼ੱਦਦ ਵੀ ਉਸ ਵੇਲੇ ਸਿਹਾ ਹੈ। ਅਗਲੇ ਗੁਰਮੁਖ ਪਿਆਰੇ ਗਿਆਨੀ ਜਸਵੰਤ ਸਿੰਘ ਜੀ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਨੇ, ਇਹਨਾਂ ਨੇ ਇਹਨਾਂ ਦਾ ਜਿਹੜਾ ਨਗਰ ਹੈ ਉਹ ਪਿੰਡ ਭੂਰੇ ਕੋਨਾ ਜਿਹੜਾ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਗ੍ਰਾਈ ਨੇ ਅਤੇ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਭਤੀਜੇ ਲੱਗਦੇ ਨੇ ਅਤੇ ਇਹ ਲੰਮਾ ਸਮਾਂ ਇਹਨਾਂ ਨੇ ਟਕਸਾਲ ਵਿੱਚ ਰਹਿੰਦਿਆਂ ਜਿਹੜਾ ਹੈ ਕੁਝ ਸਮਾਂ ਇਹਨਾਂ ਨੇ ਕਾਫੀ ਲੰਮਾ ਸਮਾਂ ਜੇਲ੍ਹ ਵੀ ਕੱਟੀ। ਇਸ ਤੋਂ ਇਲਾਵਾ ਇਹ ਬੜੇ ਬਹੁਤ ਸਾਰੇ ਇਹਨਾਂ ਨੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ, ਈਸਾਈ ਮਤ ਨੂੰ ਬੜੇ ਵਿਸਥਾਰ ਦੇ ਵਿੱਚ ਇਹਨਾਂ ਨੇ ਪੜ੍ਹਿਆ। ਇਸ ਤੋਂ ਇਲਾਵਾ ਹਿੰਦੂ ਮਤ ਦੇ ਸਾਰੇ ਧਾਰਮਿਕ ਗ੍ਰੰਥਾਂ ਦਾ ਇਹਨਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਅਧਿਐਨ ਕੀਤਾ ਅਤੇ ਇਹ ਆਪਣੀਆਂ ਗੱਲਾਂ ਦੇ ਵਿੱਚ ਦੱਸਦੇ ਨੇ। ਇੱਕ ਵਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਗੁਜਰਾਤ ਵਿਖੇ ਇਹਨਾਂ ਨੂੰ ਕੁਰਾਨ ਦੀ ਪੋਥੀ ਲੈ ਕੇ ਦਿੱਤੀ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਸੇਵਾਵਾਂ ਨਿਭਾਈਆਂ ਅਤੇ ਇਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਖ ਵੱਖ ਜਿਹੜੇ ਅਵਾਰਡ ਮਿਲ ਚੁੱਕੇ ਨੇ ਅਤੇ ਅਮੈਰੀਕਾ ਦੀ ਸੰਗਤ ਦੁਆਰਾ 2004 ਦੇ ਵਿੱਚ ਇਹਨਾਂ ਨੂੰ ਭਾਈ ਗੁਰਦਾਸ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਗਲੇ ਗੁਰਮੁਖ ਪਿਆਰੇ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ ਨੇ, ਜੇਕਰ ਦਮਦਮੀ ਟਕਸਾਲ ਦੇ ਤੁਸੀਂ ਕਿਸੇ ਵਿਦਿਆਰਥੀ ਨਾਲ ਗੱਲ ਕਰੋ ਔਰ ਜੇਕਰ ਤੁਸੀਂ ਉਸ ਤੋਂ ਪੁੱਛੋ ਤਾਂ ਤੁਸੀਂ ਕਿਸ ਵਿਦਵਾਨ ਤੋਂ ਪੜ੍ਹੇ ਹੋ ਤਾਂ ਉਹ ਜ਼ਰੂਰ ਹੀ ਗਿਆਨੀ ਸੁਰਜੀਤ ਸਿੰਘ ਸੋਧੀ ਸਾਹਿਬ ਦਾ ਨਾਂ ਲੈਣਗੇ, ਕਿਉਂਕਿ ਗਿਆਨੀ ਸੁਰਜੀਤ ਸਿੰਘ ਸੋਧੀ ਸਾਹਿਬ ਨੇ ਸੰਨ 1970 ਤੋਂ ਲੈ ਕੇ ਸੰਨ 2006 ਤੱਕ ਲਗਾਤਾਰ 36 ਸਾਲ ਜਿਹੜਾ ਇਹ ਦਮਦਮੀ ਟਕਸਾਲ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਵੱਖ ਵੱਖ ਗ੍ਰੰਥ ਪੜ੍ਹਾਏ ਨੇ। ਇਹ ਆਪ ਇਹਨਾਂ ਨੇ ਬਿਲਕੁਲ ਵੀ ਜਿਹੜੀ ਹੈ ਸਕੂਲ ਜਾਂ ਕਦੇ ਹੋਰ ਵਿੱਦਿਆ ਪ੍ਰਾਪਤ ਨਹੀਂ ਕੀਤੀ, ਆਪ ਇਹਨਾਂ ਨੇ ਕਿਤੇ ਵੀ ਸਕੂਲ ਆਦਿ ਵਿੱਚ ਜਿਹੜੀ ਹੈ ਵਿੱਦਿਆ ਪ੍ਰਾਪਤ ਨਹੀਂ ਕੀਤੀ। ਨਿਰਮਲੇ ਉਦਾਸੀ ਸੰਤਾਂ ਤੋਂ ਪੜ੍ਹ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਲੜ ਲਾ ਕੇ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸਨ ਇਹ। ਜੇਕਰ ਕਿਸੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਕੁਝ ਤੁਸੀਂ ਜਾਣਕਾਰੀ ਪ੍ਰਾਪਤ ਕਰਨੀ ਹੈ ਜਾਂ ਉਹਨਾਂ ਦੇ ਅਦੁੱਤੀ ਜੀਵਨ ਬਾਰੇ ਜੇ ਕਿਸੇ ਨੇ ਸੁਣਨਾ ਹੈ ਤਾਂ ਉਹਦੇ ਲਈ ਸਾਡੇ ਕੋਲ ਅੱਜ ਮੌਜੂਦ ਨੇ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਸਾਹਿਬ। ਇਹਨਾਂ ਨੇ ਅੱਜ ਕੱਲ੍ਹ ਅਮੈਰੀਕਾ ਦੇ ਵਿੱਚ ਰਹਿ ਕੇ ਇਹ ਸਿੱਖ ਮਤ ਦਾ ਬੜੇ ਵੱਡੇ ਪੱਧਰ 'ਤੇ ਪ੍ਰਚਾਰ ਕਰ ਰਹੇ ਆ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਗੁਰਮਤ ਵਿਦਿਆਲਾ ਪਿੰਡ ਲਧਾਈਕੇ ਵਿਖੇ ਚਲਾ ਰਹੇ ਆ, ਇਸ ਤੋਂ ਇਲਾਵਾ ਗੁਰਮਤ ਵਿਦਿਆਲਾ ਦਮਦਮਾ ਸਾਹਿਬ ਦੇ ਵਿੱਚ ਇਹ ਜਿਹੜੇ ਸੋਧੀ ਸਾਹਿਬ ਜਿਹੜਾ ਵਿਦਿਆਲਾ ਚਲਾ ਰਹੇ ਆ। ਅਗਲੇ ਵਿਦਵਾਨ ਨੇ ਸੰਤ ਗਿਆਨੀ ਬਲਦੇਵ ਸਿੰਘ ਜੀ ਜੋਗੇ ਵਾਲੇ ਮੋਗੇ ਜ਼ਿਲ੍ਹੇ ਪੰਜਾਬ ਦੇ ਵਿੱਚ ਮੋਗਾ ਇੱਕ ਡਿਸਟ੍ਰਿਕਟ ਹੈ, ਮੋਗਾ ਇਹ ਅੱਜ ਕੱਲ੍ਹ ਜਿਹੜਾ ਭਿੰਡਰ ਕਲਾਂ ਪਿੰਡ ਹੈ ਉਹ ਵੀ ਮੋਗੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ। ਉੱਥੇ ਜੋਗੇ ਵਾਲੇ ਦੇ ਵਿਦਿਆਲਾ ਇਹ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਰਹੇ ਨੇ ਔਰ ਲਗਾਤਾਰ 37-38 ਸਾਲਾਂ ਤੋਂ ਉੱਥੇ ਗੁਰਮਤ ਵਿਦਿਆਲਾ ਚਲਾ ਰਹੇ ਆ ਔਰ ਹਜ਼ਾਰਾਂ ਹੀ ਵਿਦਿਆਰਥੀ ਇਹਨਾਂ ਕੋਲੋਂ ਪੜ੍ਹ ਕੇ ਜਿਹੜੇ ਆ ਅੱਜ ਕੱਲ੍ਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਮਤ ਦਾ ਜਿਹੜਾ ਪ੍ਰਚਾਰ ਕਰ ਰਹੇ ਆ। ਅਗਲੇ ਗੁਰਮੁਖ ਪਿਆਰੇ ਗਿਆਨੀ ਜਸਵੀਰ ਸਿੰਘ ਜੀ ਰੋਡੇ ਸਾਹਿਬ ਨੇ, ਗਿਆਨੀ ਜਸਵੀਰ ਸਿੰਘ ਜੀ ਰੋਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਹਨ। ਇਹਨਾਂ ਨੇ ਮੁੱਢਲੀ ਜਿਹੜੀ ਆਪਣੀ ਵਿੱਦਿਆ ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਤੋਂ ਜਿਹੜੀ ਇਹ ਹਾਸਲ ਕੀਤੀ ਹੈ। ਇਸ ਤੋਂ ਬਾਅਦ ਦਮਦਮੀ ਟਕਸਾਲ ਵੱਲੋਂ ਉੱਥੇ ਇਹਨਾਂ ਨੇ ਆਪਣੀ ਪੂਰੀ ਪੜ੍ਹਾਈ ਕੀਤੀ ਹੈ। ਦਮਦਮੀ ਟਕਸਾਲ ਤੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖ ਮਤ ਦਾ ਪ੍ਰਚਾਰ ਕੀਤਾ। ਆਬੂ ਧਾਬੀ ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਦੀ ਸਥਾਪਨਾ ਜਿਹੜੀ ਹੈ ਇਹ ਗਿਆਨੀ ਜਸਵੀਰ ਸਿੰਘ ਜੀ ਰੋਡੇ ਸਾਹਿਬ ਨੇ ਕੀਤੀ ਹੈ। ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵੱਲੋਂ ਸ਼ੁਰੂ ਕੀਤੇ ਗੁਪਤ ਮਿਸ਼ਨ ਤਹਿਤ ਕੁਝ ਸਿੰਘਾਂ ਦੀ ਡਿਊਟੀ ਜਿਹੜੀ ਹੈ ਸਮੁੱਚੇ ਸੰਸਾਰ ਦੇ ਵਿੱਚ ਜਾ ਕੇ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਨ ਲਈ ਜਿਹੜੀ ਡਿਊਟੀ ਲੱਗੀ ਸੀ ਇਹਨਾਂ ਦੀ, ਇਹਨਾਂ ਨੇ ਉਸ ਦੇ ਤਹਿਤ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਸਥਾਪਨਾ ਕੀਤੀ।
ਤੇ ਉਸ ਤੋਂ ਬਾਦ ਇਹ ਜਿਹੜਾ ਘੱਲੂਘਾਰਾ ਹੋ ਗਿਆ ਜੂਨ 84 ਨੂੰ, ਤੇ ਪਰ ਇਹਨਾਂ ਨੇ ਆਪਣੇ ਮਿਸ਼ਨ ਦੀ ਪੂਰਤੀ ਲਈ ਜਿਹੜੇ ਆ 86 ਦੇ ਵਿੱਚ ਇਹ ਉੱਥੇ ਇਹਨਾਂ ਨੇ ਇਹ ਸੰਸਥਾ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਇਹਨਾਂ ਨੂੰ 4 ਸਾਲ ਜੇਲ੍ਹ ਹੋ ਗਈ ਤੇ ਜੂਨ 1986 ਨੂੰ ਗਿਆਨੀ ਜੀ ਨੂੰ ਜਿਹੜਾ ਸਰਬੱਤ ਖਾਲਸਾ ਦੌਰਾਨ ਜਿਹੜਾ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਹਨਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਤੇ 2 ਸਾਲ ਇਹ ਮੱਧ ਪ੍ਰਦੇਸ਼ ਦੀ ਜੇਲ੍ਹ ਵਿੱਚ ਰਹੇ, 2 ਸਾਲ ਇਹ ਦਿੱਲੀ ਵਿਖੇ ਜੇਲ੍ਹ ਵਿੱਚ ਰਹੇ। ਇਸ ਤੋਂ ਬਾਅਦ ਜਿਹੜਾ ਸਿੰਘਾਂ ਵੱਲੋਂ ਜਦੋਂ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ, ਉਸ ਤੋਂ ਬਾਅਦ ਸਿੱਖਾਂ ਦੇ ਉੱਤੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਬੜਾ ਜ਼ਿਆਦਾ ਤਸ਼ੱਦਦ ਹੋਇਆ। ਤੁਹਾਡਾ ਆਪਣਾ ਸ਼ਹਿਰ ਦਿੱਲੀ ਵੀ ਉਸ ਤਸ਼ੱਦਦ ਦੀ ਜਿਹੜੀ ਬਹੁਤ ਸਾਰੇ ਐਸੇ ਗੁਰਮੁਖ ਪਿਆਰਿਆਂ ਨੇ ਤਸ਼ੱਦਦ ਦੀ ਜਿਹੜੀ ਮਾਰ ਸਹੀ ਹੈ, ਸ਼ਾਇਦ ਤੁਹਾਡੇ ਵਿੱਚ ਵੀ ਕੁਝ ਐਸੇ ਬੈਠੇ ਹੋਣ। ਦਿੱਲੀ ਔਰ ਦੁਰਗ ਮੱਧ ਪ੍ਰਦੇਸ਼ ਦੇ ਵਿੱਚ, ਭੋਪਾਲ, ਕਾਨਪੁਰ ਤੇ ਬੰਬੇ ਆਦਿ ਵਿੱਚ ਜਾ ਕੇ ਜਿਹੜੇ ਗੁਰਸਿੱਖਾਂ ਨੂੰ ਇਹਨਾਂ ਨੇ ਦੁਬਾਰਾ ਜਿਹੜਾ ਵਸਾਇਆ, ਬੜਾ ਇਹਨਾਂ ਦਾ ਵੱਡਾ ਯੋਗਦਾਨ ਰਿਹਾ। ਗਿਆਨੀ ਜਸਵੀਰ ਸਿੰਘ ਜੀ ਰੋਡੇ ਉਮਰ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੋਂ ਸਿਰਫ 7 ਸਾਲ ਛੋਟੇ ਸੀ। ਰੋਡੇ ਸਾਹਿਬ ਦਾ ਮੰਨਣਾ ਹੈ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਬਾਰੇ ਹੁਣ ਤੱਕ ਬਹੁਤ ਜਿਹੜੀਆਂ ਕਿਤਾਬਾਂ ਆ ਚੁੱਕੀਆਂ ਔਰ ਬਹੁਤ ਜਿਹੜਾ ਲਿਖਤ ਹੋਰ ਵੀ ਆਰਟੀਕਲ ਬਹੁਤ ਸਾਰੇ ਲੋਕਾਂ ਨੇ ਲਿਖੇ ਛਾਪੇ ਨੇ। ਇਹਨਾਂ ਦਾ ਮੰਨਣਾ ਵੀ ਉਹਨਾਂ ਨੂੰ ਇੱਕ ਸੂਰਬੀਰ ਦੇ ਰੂਪ ਵਿੱਚ, ਯੋਧੇ ਦੇ ਰੂਪ ਵਿੱਚ ਤਾਂ ਬਹੁਤ ਦੇਖਿਆ ਗਿਆ, ਪਰ ਉਹਨਾਂ ਦੇ ਜੀਵਨ ਦੇ ਜਿਹੜੇ ਹੋਰ ਮਹੱਤਵਪੂਰਨ ਆਸਪੈਕਟ ਨੇ ਉਹਨਾਂ ਦੇ ਬਾਰੇ ਜਿਹੜੀ ਹੈ ਚਰਚਾ ਜਿਹੜੀ ਹੈ ਹਾਲੇ ਤੱਕ ਘੱਟ ਹੋਈ ਹੈ। ਇਸ ਕਰਕੇ ਇਹਨਾਂ ਨੇ ਉਹਨਾਂ ਦੇ ਭਤੀਜੇ ਹੋਣ ਕਰਕੇ ਲੰਮਾ ਸਮਾਂ ਉਹਨਾਂ ਨਾਲ ਬਿਤਾਇਆ ਹੋਣ ਕਰਕੇ ਉਹਨਾਂ ਦੇ ਜੀਵਨ ਪੁਰ ਇੱਕ ਜਿਹੜੀ ਹੈ ਕਿਤਾਬ ਲਿਖੀ ਹੈ। ਇਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਜਿਹੜਾ ਕਿਰਸਾਨੀ ਜੀਵਨ ਹੈ, ਉਹਨਾਂ ਦੀਆਂ ਇੰਟਰਵਿਊਜ਼ ਨੇ, ਉਹਨਾਂ ਦਾ ਬਾਣੀ ਇਤਿਹਾਸ ਹੈ, ਅਤੇ ਇਸ ਤੋਂ ਇਲਾਵਾ ਹੋਰ ਲੋਕਾਂ ਨਾਲ ਮੁਲਾਕਾਤਾਂ, ਰਿਕਾਰਡਿੰਗਸ ਆਦਿ ਨੂੰ ਸੰਗ੍ਰਹਿ ਕਰਕੇ ਲਗਾਤਾਰ ਪਿਛਲੇ 5 ਸਾਲਾਂ ਦੇ ਵਿੱਚ ਇੱਕ ਜਿਹੜੀ ਕਿਤਾਬ ਲਿਖੀ ਹੈ, ਉਹ ਜਲਦੀ ਤੁਹਾਡੇ ਸਿੱਖ ਸੰਗਤ ਦੇ ਜਿਹੜੀ ਸਨਮੁੱਖ ਪੇਸ਼ ਹੋ ਜਾਵੇਗੀ। ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਇਹ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਨੇ। ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਰਬਾਰ ਸਾਹਿਬ ਵਾਲੇ, ਇਹ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਨੇ। ਮੇਰੇ ਬਿਲਕੁਲ ਪਿਛਲੇ ਪਾਸੇ ਗਿਆਨੀ ਪਰਵਿੰਦਰ ਸਿੰਘ ਜੀ ਬੁੱਟਰ ਸਾਹਿਬ ਬੈਠੇ ਨੇ। ਇਹ ਗਿਆਨੀ ਠਾਕਰ ਸਿੰਘ ਜੀ ਦਾ ਲੰਮਾ ਸਮਾਂ ਇਹਨਾਂ ਨੇ ਸੰਗ ਕੀਤਾ। ਗਿਆਨੀ ਠਾਕਰ ਸਿੰਘ ਜੀ ਜਿਹੜੇ ਆਪ ਜਿਹੜੇ ਬਚਨ ਨਹੀਂ ਕਰਦੇ ਸੀ, ਇਸ ਕਰਕੇ ਉਹਨਾਂ ਦੇ ਬਿਹਾਫ ਤੇ ਲੰਮਾ ਸਮਾਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ। ਅੱਗੇ ਜਿਸ ਵਿਦਵਾਨ ਦਾ ਮੈਂ ਨਾਂ ਖਾਸ ਤੌਰ ਤੇ ਲੈਣਾ ਚਾਹਾਂਗਾ, ਉਹ ਨੇ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ। ਬਹੁਤ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਹੁਣ ਤੱਕ ਸਿੱਖ ਕੌਮ ਦੀ ਝੋਲੀ ਜਿਹੜੀਆਂ 5 ਪੁਸਤਕਾਂ ਪਾ ਚੁੱਕੇ ਨੇ। ਇਸ ਤੋਂ ਇਲਾਵਾ ਸ਼ਹੀਦ ਦਮਦਮੀ ਟਕਸਾਲ ਅਤੇ ਤਰਨਾ ਦਲ ਮਿਸ਼ਲ ਸ਼ਹੀਦਾਂ ਦੇ ਬਹੁਤ ਸਾਰੇ ਵਿਦਿਆਲਿਆਂ ਦੇ ਵਿੱਚ ਜਿਹੜੀ ਇਹ ਵਿੱਦਿਆ ਦੀ ਤਾਲੀਮ ਵਿੱਦਿਆ ਦੇ ਕੇ ਜਿਹੜੇ ਆ ਸੰਗਤਾਂ ਨੂੰ ਜਿਹੜੇ ਆ ਗੁਰਸਿੱਖੀ ਵਾਲੇ ਪਾਸੇ ਲਾ ਰਹੇ ਨੇ। ਇਹਨਾਂ ਦੀਆਂ 5-6 ਕਿਤਾਬਾਂ ਜਿਹੜੀਆਂ ਹੁਣ ਤੱਕ ਸਾਡੇ ਵਿਚਕਾਰ ਆ ਚੁੱਕੀਆਂ ਨੇ। ਅਖੀਰ ਵਿੱਚ ਸਮੇਂ ਦੀ ਬਹੁਤ ਜ਼ਿਆਦਾ ਘਾਟ ਹੈ, ਇਸ ਕਰਕੇ ਮੈਂ ਹੁਣ ਤੱਕ ਇੱਕ ਰਿਵਾਇਤ ਸੀ ਵੀ ਦਮਦਮੀ ਟਕਸਾਲ ਦੇ ਵਿੱਚ ਸਿਰਫ ਜਿਹੜੀ ਹੈ ਗੁਰਮਤਿ ਵਿੱਦਿਆ ਪੜ੍ਹਾਈ ਜਾਂਦੀ ਹੈ, ਦੁਨਿਆਵੀ ਵਿੱਦਿਆ ਨਹੀਂ ਪੜ੍ਹਾਈ ਜਾਂਦੀ, ਪਰ ਹੁਣ ਜਿਹੜੀ ਇਹ ਰਿਵਾਇਤ ਬਦਲ ਚੁੱਕੀ ਹੈ। ਸਾਡੇ ਵਿਚਕਾਰਲੇ ਵਿਦਵਾਨ ਗਿਆਨੀ ਗੁਰਪ੍ਰੀਤ ਸਿੰਘ ਜੀ ਔਰ ਪ੍ਰੋਫੈਸਰ ਜਸਵੀਰ ਸਿੰਘ ਸਾਬਰ ਹੁਣੀ ਹੁਣੇ ਦੱਸ ਕੇ ਗਏ ਨੇ ਵੀ ਇਹ ਵੀ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਨੇ। ਇਸ ਤੋਂ ਡਾਕਟਰ ਤੇਜਿੰਦਰਪਾਲ ਸਿੰਘ, ਹੋਰ ਵੀ ਬਹੁਤ ਸਾਰੇ ਲਗਭਗ 8-10 ਵਿਦਵਾਨ ਹੈ ਜਿਹੜੇ ਉਹ ਦਮਦਮੀ ਟਕਸਾਲ ਤੋਂ ਜਿਹੜੇ PhD ਕਰ ਚੁੱਕੇ ਨੇ ਔਰ ਵੱਖ ਵੱਖ ਥਾਵਾਂ ਦੇ ਉੱਪਰ ਆਪਣੀ ਸੇਵਾਵਾਂ ਨਿਭਾ ਰਹੇ ਨੇ। ਅਤੇ ਮੇਰੇ ਕੋਲ ਲਗਾਤਾਰ 80-90 ਸਿੰਘਾਂ ਦੀ ਹੋਰ ਪੂਰੀ ਜਿਹੜੀ ਲਿਸਟ ਹੈ ਦਮਦਮੀ ਟਕਸਾਲ ਦੇ ਬਾਰੇ, ਜਿਨ੍ਹਾਂ ਦਾ ਨਾਮ ਸਿਰਫ ਮੈਂ ਨਾਮ ਵੀ ਨਹੀਂ ਪੜ੍ਹ ਸਕਦਾ ਸਮੇਂ ਦੀ ਸ਼ੋਰਟੇਜ ਕਰਕੇ, ਮੈਂ ਕੋਸ਼ਿਸ਼ ਕਰ ਰਿਹਾ ਕਿ ਜਲਦੀ ਇਹਨੂੰ ਕਿਤਾਬਚੇ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾ ਕੇ ਜਿਹੜੇ ਹੈ ਸੰਗਤਾਂ ਦੇ ਸਨਮੁੱਖ ਕਰਾਂ। ਅਖੀਰ ਵਿੱਚ ਮੈਂ ਦਮਦਮੀ ਟਕਸਾਲ ਬਾਰੇ ਕਹਿਣਾ ਚਾਹੁੰਦਾ ਵੀ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਸਚਿਆਰ ਬਣਾਉਣ ਦਾ ਜੋ ਸਿਧਾਂਤ ਗੁਰਬਾਣੀ ਵਿੱਚ ਪੇਸ਼ ਕੀਤਾ, ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਿੰਮੇਵਾਰੀ ਟਕਸਾਲ ਨੇ ਬਾਖੂਬੀ ਨਿਭਾਈ ਹੈ। ਦਮਦਮੀ ਟਕਸਾਲ ਕੇਵਲ ਵਿਦਿਆਰਥੀਆਂ ਨੂੰ ਗੁਰਮਤਿ ਹੀ ਨਹੀਂ ਪੜ੍ਹਾਉਂਦੀ, ਬਲਕਿ ਸਿਖਿਆਰਥੀ ਅੰਦਰ ਪੰਥ ਪ੍ਰਤੀ ਪੂਰੀ ਸਮਰਪਣ ਦੀ ਭਾਵਨਾ ਭਰਦੀ ਹੈ। ਟਕਸਾਲ ਸਿੱਖਿਅਕ ਮਨੁੱਖ ਆਪਣੇ ਆਪ ਨੂੰ ਮਨੁੱਖ ਪੰਥ ਦੀ ਅਮਾਨਤ ਸਮਝਦਾ ਹੋਇਆ ਸੰਸਾਰ ਵਿੱਚ ਵਿਚਰਦਾ ਹੈ ਅਤੇ ਕੌਮ ਲਈ ਹਰ ਕੁਰਬਾਨੀ ਦੇਣ ਲਈ ਤਤਪਰ ਰਹਿੰਦਾ ਹੈ। ਇਉਂ ਹੀ ਟਕਸਾਲ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦਾ ਜਜ਼ਬਾ ਦਿੰਦੀ ਹੈ, ਸਿਖਿਆਰਥੀ ਨੂੰ ਅਨੁਸ਼ਾਸਿਤ ਜੀਵਨ ਜਾਤ ਸਿਖਾਉਂਦੀ ਹੈ।